भैया इस बार असी आप 85 वरायटी का गन्ना तो ये भी पनीरी का तैयार करके देवे जिन्हें जिन्हें भीर लैनी है वो साढ़े तो पनीरी लै सकता जी अभी तो बस हम शुरू कर लगे यदि पनीरी तो ये 85 वरायटी है बहुत वधिया जूस वास्ते भी चंगी है तो गुड़ वास्ते तो बहुत ही चंगी वरायटी है। ਸੋ ਬਾਈ ਪਹਿਲਾਂ ਸੁਣਦੇ ਸੀਗੇ ਉਹ ਪੂਰਾ ਆ ਕੇ ਪਤਾ ਨਹੀਂ ਕੀ ਤਿਆਰ ਕਰਦੇ ਨੇ ਹੁਣ ਇਹ ਉਹ ਜ਼ਮਾਨੇ ਗਏ ਫਿਰ ਉਹ ਪਹਿਲਾਂ ਵਾਲੀਆਂ ਤਕਨੀਕਾਂ ਗਈਆਂ ਇੱਕ ਤਾਂ ਇਹਦੇ ਨਾਲ ਸੀਡ ਕੱਟ ਲੱਗਦਾ ਅਤੇ ਇੱਕ ਅਸੀਂ ਇਹਦੀਆਂ ਅੱਖਾਂ ਕੱਟ ਕੱਟ ਕੇ ਇੰਨੀਆਂ ਇੰਨੀਆਂ ਅਤੇ ਉਹਦੀ ਪਨੀਰੀ ਤਿਆਰ ਕਰਾਂਗੇ ਐਂ ਨਹੀਂ ਆ ਵੀ ਸਾਰੀ ਤਿੰਨ ਤਿੰਨ ਚਾਰ ਚਾਰ ਪੂਰੀਆਂ ਮੰਨ ਕੇ ਚਲੋ ਇੱਡੀਆਂ ਪੂਰੀਆਂ ਕੱਟ ਕੇ ਲਾਤੀਆਂ ਉਹਦੇ ਨਾਲ ਮੰਨ ਕੇ ਜੋ ਤਿੰਨ ਚਾਰ ਅੱਖਾਂ ਖਰਾਬ ਹੋ ਜਾਂਦੀਆਂ ਅਤੇ ਉਸ ਸਾਡਾ ਬੀਜ ਇਹਦੇ ਨਾਲ ਅੱਧਾ ਲੱਗੂਗਾ ਜੀ ਬਾਅਦ ਦੇ ਵਿੱਚ 85 ਵਰਾਇਟੀ ਦਾ ਗੰਨਾ ਅਤੇ ਇਹਦੀ ਵੀ ਪਨੀਰੀ ਕਾ ਤਿਆਰ ਕਰਕੇ ਦੇਵਾਂਗੇ ਜਿਹਨਾਂ ਜਿਹਨਾਂ ਵੀਰਾਂ ਲੈਣੀ ਹੈ ਉਹ ਸਾਡੇ ਤੋਂ ਪਨੀਰੀ ਲੈ ਸਕਦਾ ਜੀ ਅਸੀਂ ਅਤੇ ਬਸ ਹੁਣ ਇਹ ਸ਼ੁਰੂ ਕਰਨ ਲੱਗੇ ਇਹਦੀ ਪਨੀਰੀ ਅਤੇ ਇਹ 85 ਵਰਾਇਟੀ ਹੈ ਬਹੁਤ ਵਧੀਆ ਜੂਸ ਵਾਸਤੇ ਵੀ ਚੰਗੀ ਹੈ ਅਤੇ ਗੁੜ ਵਾਸਤੇ ਤਾਂ ਬਹੁਤ ਹੀ ਚੰਗੀ ਵਰਾਇਟੀ ਹੈ ਇਹਦੇ। ਸੋ ਬਾਈ ਪਹਿਲਾਂ ਸੁਣਦੇ ਸੀਗੇ ਉਹ ਪੂਰਾ ਆ ਕੇ ਪਤਾ ਨਹੀਂ ਕੀ ਤਿਆਰ ਕਰਦੇ ਨੇ ਹੁਣ ਇਹ ਉਹ ਜ਼ਮਾਨੇ ਗਏ ਫਿਰ ਉਹ ਪਹਿਲਾਂ ਵਾਲੀਆਂ ਤਕਨੀਕਾਂ ਗਈਆਂ ਇੱਕ ਤਾਂ ਇਹਦੇ ਨਾਲ ਸੀਡ ਕੱਟ ਲੱਗਦਾ ਅਤੇ ਇੱਕ ਅਸੀਂ ਇਹਦੀਆਂ ਅੱਖਾਂ ਕੱਟ ਕੱਟ ਕੇ ਇੰਨੀਆਂ ਇੰਨੀਆਂ ਅਤੇ ਉਹਦੀ ਪਨੀਰੀ ਤਿਆਰ ਕਰਾਂਗੇ ਐਂ ਨਹੀਂ ਆ ਵੀ ਸਾਰੀ ਤਿੰਨ ਤਿੰਨ ਚਾਰ ਚਾਰ ਪੂਰੀਆਂ ਮੰਨ ਕੇ ਚਲੋ ਇੱਡੀਆਂ ਪੂਰੀਆਂ ਕੱਟ ਕੇ ਲਾਤੀਆਂ ਉਹਦੇ ਨਾਲ ਮੰਨ ਕੇ ਜੋ ਤਿੰਨ ਚਾਰ ਅੱਖਾਂ ਖਰਾਬ ਹੋ ਜਾਂਦੀਆਂ ਉਸ ਸਾਡਾ ਬੀਜ ਇਹਦੇ ਨਾਲ ਅੱਧਾ ਲੱਗੂਗਾ ਜੀ ਬਾਅਦ ਦੇ ਵਿੱਚ।